ਸੋ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ ਲੋਕ? ਉਮੀਦ ਕਰਦਾ ਵਧੀਆ ਹੋਗਾ ਤੇ ਵਧੀਆ ਰਹਿਣਾ ਚਾਹੀਦਾ ਜੇ ਸਾਨੂੰ ਪਤਾ ਲੱਗ ਹੀ ਗਿਆ ਹੋਗਾ ਟਾਈਟਲ ਫਿਲਮ ਨੇ ਦੇਖਿਆ ਕਿ ਅੱਜ ਤੁਹਾਨੂੰ ਕਿਸ ਲਈ ਹੈ। ਅੱਜ ਦਾ ਵਲੋਗ ਹੈ, ਅੱਜ ਹੈਗੀ ਹੈ ਦੀਪਾਵਲੀ ਅਤੇ ਅੱਜ ਸਾਰਾ ਦਿਨ ਵੀ ਉਹ ਵੀ ਅਸੀਂ ਕਰਾਂਗੇ ਉਹ ਤੁਹਾਨੂੰ ਇਸ ਵਲੋਗ 'ਚ ਦੇਖੇਗਾ, ਠੀਕ ਹੈ। ਅਤੇ ਜਿਹੜਾ ਮੈਂ ਪਿਛਲਾ ਵਲੋਗ ਪਾਇਆ ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਹੈਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਪਾਪਾ ਨੇ ਮੈਨੂੰ ਬਹੁਤ ਅੱਛਾ ਗਿਫਟ ਦਿੱਤਾ ਹੈਗਾ ਅਤੇ ਉਹ ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖ ਲਓ ਵਾਲੀ ਵੀ। ਨਾਲੇ ਮੇਰੇ 900 ਸਬਸਕ੍ਰਾਈਬਰਸ ਹੋ ਚੁੱਕੇ ਹੈਗੇ ਹੈ, 100 ਟੂ ਗੋ 1K। ਅਤੇ ਥੈਂਕ ਯੂ ਫੋਰ 900 ਸਬਸਕ੍ਰਾਈਬਰਸ, ਯੂਅਰ ਲਵ ਐਂਡ ਸਪੋਰਟ ਵਿਲ ਬੀ ਵਿਦ ਮੀ, ਥੈਂਕ ਯੂ। ਇੱਦਾਂ ਮੈਨੂੰ ਪਿਆਰ ਦਿੰਦੇ ਰਹੋ ਆਪਣਾ, ਅਤੇ 1K ਤੱਕ ਪਹੁੰਚਾ ਦਿਓ ਅਤੇ ਜਲਦੀ 1K ਦੇਖਣ ਨੂੰ ਮਿਲਣਗੇ। ਅਤੇ ਚਲੋ ਨੀਚੇ ਚੱਲਦਾ ਹੈਗੇ ਆ। ਅਤੇ ਅਭੀ ਗੀਤ ਕੱਲ੍ਹ ਆਏ ਸੀਗੇ ਪਾਪਾ ਅਤੇ ਮੰਮੀ ਦੇ ਨਾਲ ਹੈ, ਅਤੇ ਕੱਲ੍ਹ ਜਿਹੜੀ ਸਾਈਕਲ ਦਿੱਤੀ ਸੀਗੀ ਮੈਂ ਤੁਹਾਨੂੰ ਪਿਛਲੇ ਵਲੋਗ 'ਚ ਦਿਖਾਇਆ ਹੈਗਾ, ਅਭੀ ਗੀਤ ਦੀ ਸਾਈਕਲ ਦਿੱਤੀ 2 ਸੀਟ ਵਾਲੀ, ਅਤੇ ਉਹਨਾਂ ਨੂੰ ਦੇਣ ਗਏ ਸੀਗੇ, ਮਤਲਬ ਚਾਚੂ ਦੇ ਆਊ ਸੀ ਤਾਂ ਕਰਕੇ, ਅਤੇ ਉਹ ਨਾਲ ਅਭੀ ਗੀਤ ਆਈ ਗਏ ਸੀਗੇ। ਅਤੇ ਰਾਤੀ ਇੱਥੇ ਹੀ ਸੁੱਤੇ ਅਸੀਂ ਸਾਰੇ ਖੇਡੇ ਹਾਂ ਬੜਾ ਜ਼ਿਆਦਾ, ਅਤੇ ਹੁਣ ਉਹਨਾਂ ਨੂੰ ਛੱਡਣ ਜਾ ਰਹੇ ਹੈਗੇ ਹਾਂ, ਮੰਮੀ ਪਾਪਾ ਜਾਂਦੇ ਛੱਡਣ ਨੂੰ। ਚਲੋ ਸੋ ਹੁਣ ਜਾ ਰਿਹਾ ਅਭੀ ਗੀਤ ਵਾਪਸ ਆਪਣੇ ਹਾਊਸ, ਚਾਚੂ ਹਾਊਸ ਜਾ ਰਿਹਾ। ਵੈਸੇ ਤਾਂ ਚਾਚੂ ਨੇ ਜਦੋਂ ਲਕਸ਼ਮੀ ਪੂਜਨ ਇੱਥੇ ਕਰਨਾ ਹੈਗਾ ਸਾਡੇ ਨਾਲ ਹੀ, ਪਹਿਲਾਂ ਆਪਣੇ ਹਾਊਸ ਕਰ ਆਉਣਗੇ ਅਤੇ ਇੱਥੇ ਸਾਡੇ ਨਾਲ ਕਰਨਾ ਹੈਗਾ ਲਕਸ਼ਮੀ ਪੂਜਨ। ਅਤੇ ਜਦੋਂ ਲਕਸ਼ਮੀ ਪੂਜਨ ਹੋ ਜਾਏਗਾ ਉਹ ਨਾਲ ਸਾਨੂੰ ਲੈ ਜਾਣਗੇ ਆਪਣੇ ਘਰ, ਅਤੇ ਫਿਰ ਅਸੀਂ ਉੱਥੇ ਪਟਾਕੇ ਚਲਾਵਾਂਗੇ। ਪਹਿਲਾਂ ਅਭੀ ਗੀਤ ਨੂੰ ਛੋੜ ਕੇ ਆਉਂਦੇ ਹਾਂ ਉੱਧਰ, ਕਿਉਂਕਿ ਬਹੁਤ ਜ਼ਿਆਦਾ ਤੰਗ ਕਰ ਰਹੇ ਸੀਗੇ, ਕਹਿ ਰਹੇ ਸੀ ਅਸੀਂ ਸਾਈਕਲ ਚਲਾਉਣੀ ਹੈ, ਪਰ ਸਾਈਕਲ ਰਾਤੀ ਅਸੀਂ ਉੱਥੇ ਰੱਖ ਆਏ ਸੀਗੇ। ਅਤੇ ਚਲੋ ਬਾਏ ਬਾਏ। ਅਭੀ ਗੀਤ ਨੂੰ ਮੰਮੀ ਪਾਪਾ ਛੋੜ ਆਇਆ ਗਿਆ ਅਤੇ ਹੁਣ ਜਾ ਰਹੇ ਹਾਂ ਅਸੀਂ ਫੁੱਲ ਲੈਣ ਵਾਸਤੇ। ਦੀਵਾਲੀ ਦੇ ਆਪਾਂ ਹੁਣ ਪੂਜਾ ਕਰਨੀ ਹੈ, ਦੁਕਾਨ ਵੀ ਸਜਾਉਣੀ ਹੈ, ਫੁੱਲ ਲੈਣ ਆਏ ਹਾਂ। ਦੇ ਦੇ 10 ਦੇ ਦੇ 10 ਰੁਪਏ ਲੱਗੇ ਜੀ। ਦੀਵਾਲੀ ਦੇ ਕਿਸੇ ਨੂੰ ਵੀ ਖਾਲੀ ਨਾ ਕਰੋ, ਸਭ ਨੂੰ ਖੁਸ਼ੀਆਂ ਦੇ ਰੱਬ। ਲੈ ਲਿਆ ਹੁਣ ਫੁੱਲ ਫੁੱਲ, ਚਲੋ ਘਰ ਚੱਲਦੇ। ਸੋ ਆਇਆ ਹੁਣ ਮਿਠਾਈ ਲੈਣ ਵਾਸਤੇ। ਸੋ ਫਿਲਹਾਲ ਹੁਣ ਲੈਣ ਆਇਆ ਗਿਆ ਫਰੂਟ, ਫਰੂਟ ਲੈਂਦੇ ਹਾਂ ਫਿਰ ਚੱਲਦੇ ਹੈਗੇ ਘਰ। ਆਂਟੀ ਇੱਥੇ ਕੇਲੇ ਲਾਉਂਦੇ ਨੇ, ਆਂਟੀ ਨੂੰ ਲੈਣ ਲੱਗੇ ਕੇਲੇ ਜੀ, ਲਿਆ ਕਰੋ ਇਹਨਾਂ ਕੋਲ ਸਮਾਨ, ਸੇਬ ਕੇਲੇ ਆ ਲਓ ਜੀ ਦਿਓ। ਨਾਸ਼ਤਾ ਤੇ ਇੱਥੇ ਚਾਹ ਪੀ ਰਹੇ, ਨਾਲ ਖਾਂਦੇ ਹਾਂ ਪੀਜ਼ਾ ਰਾਤ ਦਾ। ਚਲੋ ਖਾਣਾ ਖਾ ਕੇ ਹੁਣ ਫ੍ਰੀ ਹੋ ਚੁੱਕਿਆ ਹੈਗਾ, ਤੇ ਹੁਣ ਪਾਪਾ ਜੀ ਅਤੇ ਮੰਮੀ ਕਰ ਰਹੇ ਹੈਗੇ ਆ ਫੁੱਲ ਵਗੈਰਾ ਲਗਾ ਰਹੇ ਹੈਗੇ ਆ, ਲਿੱਤੇ ਸੀਗੇ ਜਿਹੜੇ ਸਵੇਰ ਤੋਂ ਮੈਂ ਦਿਖਾਇਆ ਲੈ ਕੇ ਆਏ ਸੀਗੇ, ਪੂਜਾ ਘਰ ਵਿੱਚ ਵੀ ਲਗਾਤੇ ਹੈਗੇ ਆ, ਅਤੇ ਬਾਹਰ ਡੈਕੋਰੇਸ਼ਨ ਵਾਸਤੇ ਵੀ ਲਗਾ ਰਹੇ ਫਲਾਰ। ਜਦੋਂ ਅੱਛੀ ਤਰ੍ਹਾਂ ਸਾਰੇ ਲੱਗ ਜਾਣਗੇ ਫਿਰ ਮੈਂ ਤੁਹਾਨੂੰ। ਸਾਰੇ ਫੁੱਲ ਵਗੈਰਾ ਲੱਗ ਚੁੱਕੇ ਹੈਗੇ ਆ, ਆਪਣੀ ਦੁਕਾਨ 'ਤੇ ਵੀ ਲੱਗ ਗਏ ਹੈਗੇ ਆ ਸਾਰੇ, ਅਤੇ ਘਰ ਵਾਲੇ ਪਾਸੇ ਵੀ ਗੇਟ 'ਤੇ ਲਗਾਤੇ ਹੈਗੇ ਆ, ਅੰਦਰ ਵੀ ਲਗਾਤੇ ਆ, ਉਹ ਵੀ ਤੁਹਾਨੂੰ ਦਿਖਾਉਂਦਾ ਹੈਗਾ। ਚਲੋ ਡਰਾਇੰਗ ਰੂਮ ਪੂਜਾ ਘਰ ਉੱਧਰ ਵੀ ਲਗਾਤੇ ਹੈਗੇ ਆ, ਇੱਥੇ ਦਾਦੀ ਦੀ ਫੋਟੋ 'ਤੇ ਵੀ ਲਗਾਤੇ ਆ, ਅਤੇ ਇੱਧਰ ਵੀ ਲਗਾਤੇ ਆ, ਕੁਛ ਇੱਧਰ ਵੀ ਫੁੱਲ ਰੱਖੇ ਆ, ਅਤੇ ਇੱਧਰ ਵੀ ਰੱਖਤੇ। ਚਲੋ ਤੁਹਾਨੂੰ ਉੱਪਰ ਦਾ ਆ ਗਿਆ, ਹੁਣ ਮੈਂ ਉੱਪਰ ਦਿਖਾਉਂਦਾ। ਮੰਮੀ ਜੀ ਲਗਾ ਰਹੇ ਹੈਗੇ ਹਲੇ, ਉੱਥੇ ਵੀ ਦੇ ਕਮਰੇ ਵਿੱਚ ਵੀ ਲਿਖਾਇਆ ਦਿਖਾਉਂਦਾ। ਇੱਧਰ ਚਲੋ ਚਲਦੇ ਹਾਂ, ਨਾਨੇ ਧੋਨੇ ਆ ਫਿਰ ਕਰਦੇ ਹਾਂ ਸੈਲੀਬ੍ਰੇਟ ਦੀਵਾਲੀ। ਅਤੇ ਇੱਧਰ ਸਾਰਿਆਂ ਦੀ ਵੀਡੀਓ ਕਾਲ ਚੱਲ ਰਹੀ ਹੈਗੀ ਆ, ਮਾਸੀ ਮਾਮੂ ਨਾਨੂ ਸਾਰਿਆਂ ਦੀ ਦੀਵਾਲੀ ਦੀ ਵਧਾਈ ਦੇ ਰਹੇ ਹੈਗੇ ਆ। ਸੋ ਫਿਲਹਾਲ ਹੁਣ ਮੈਂ ਨਹਾ ਧੋ ਕੇ ਤਿਆਰ ਹੋ ਗਿਆ, ਪੱਗ ਵੀ ਬੰਨ੍ਹ ਲਈ ਹੈਗੀ ਹੈ, ਅਤੇ ਚਲੋ ਹੁਣ ਮੰਮੀ ਬਾਹਰ
ਰੰਗੋਲੀ ਬਣਾਉਣ ਲੱਗੇ ਹੈਗੇ ਆ ਬਣਾਉਂਦੇ ਆ ਤੁਹਾਨੂੰ ਦਿਖਾਉਣਾ ਹੈਗਾ ਦੀਵਾਲੀ ਦੀ ਸਾਨੂੰ ਮੁਬਾਰਕਾਂ ਰੰਗੋਲੀ ਬਣਾ ਰਹੇ ਹਾਂ ਅਸੀਂ ਅਤੇ 2 ਸਾਲ ਬਾਅਦ ਰੰਗੋਲੀ ਬਣਾਉਣ ਲੱਗੇ ਹਾਂ ਨਵੇਂ ਸਟੈਂਸਲ ਲਿਆਉਂਦੇ ਨੇ ਗਣਪਤੀ ਮਹਾਰਾਜ ਅਤੇ ਸ਼ੁੱਭ ਦੀਪਾਵਲੀ ਰੰਗ ਪਏ ਨੇ ਅਤੇ ਕੁਝ ਰੰਗ ਜੇ ਕੱਢਣਗੇ ਤਾਂ ਹੋਰ ਲੈ ਕੇ ਆਵਾਂਗੇ ਦੇਖੋ ਕਿੱਦਾਂ ਬਣਦੀ ਹੈ ਅਤੇ ਜਦੋਂ ਬਣ ਜਾਏਗੀ ਫਿਰ ਉਦੋਂ ਪਾਵਾਂਗੇ ਉਹਨੂੰ ਬਣ ਗਈ ਹੈ ਹੁਣ ਰੰਗੋਲੀ ਬੋਰਡਰ ਕਰ ਰਹੇ ਹੈ ਦੁਕਾਨ ਦੇ ਬਾਹਰ ਵੀ ਰੰਗੋਲੀ ਬਣ ਗਈ ਹੈ ਬੜੀ ਸੋਹਣੀ ਰੰਗੋਲੀ ਬਣੀ ਸੋਹਣ ਰੰਗੋਲੀ ਵੀ ਬਣਾਤੀ ਹੈਗੀ ਹੈ ਅਤੇ ਦੁਕਾਨ ਦੇ ਬਾਹਰ ਵੀ ਬਣਾਤੀ ਅਤੇ ਉੱਪਰ ਵੀ ਬਣਾਤੀ ਹੈ ਅਤੇ ਹੁਣ ਮੈਨੂੰ ਦੀਪ ਦਾ ਫੋਨ ਆਇਆ ਸੀਗਾ ਦੀਪ ਦੇ ਘਰ ਚੱਲਦੇ ਹੈਗੇ ਹੁਣ ਅਸੀਂ ਬਣਾਉਣ ਲੱਗੇ ਹੈਗੇ ਹਾਂ ਰੰਗੋਲੀ ਦੀਪ ਦੇ ਘਰ ਠੀਕ ਹੈ ਅਤੇ ਹੁਣ ਦੀਪ ਕਲਰ ਵਗੈਰਾ ਲਿਆਇਆ ਹੈਗਾ ਅਤੇ ਸਟੈਂਸਿਲ ਜਿਹੜੇ ਅਸੀਂ ਉੱਪਰ ਬਣਾਈ ਹੈਗੀ ਰੰਗੋਲੀ ਉਹੀ ਲਿਆ ਹੈਗੇ ਹਾਂ ਕਿ ਚਲੋ ਬਣਾਉਂਦੇ ਹੈਗੇ ਰੰਗੀ ਹੈਗੀ ਰੰਗੋਲੀ ਅਤੇ ਇੱਦਾਂ ਦੀ ਬਣੀ ਹੈ ਕਮੈਂਟ ਵਿੱਚ ਦੱਸਣਾ ਕਿੱਦਾਂ ਦੀ ਬਣੀ ਫਿਲਹਾਲ ਹੁਣ ਖਿਚਾਉਣ ਲੱਗੇ ਹਾਂ ਫੋਟੋਜ਼ ਅਤੇ ਚਲੋ ਫੋਟੋਜ਼ ਖਿਚਾਉਂਦੇ ਹਾਂ ਜੋ ਵੀ ਫੋਟੋਜ਼ ਖਿੱਚਾਂਗਾ ਉਹ ਮੇਰੇ ਇੰਸਟਾਗ੍ਰਾਮ ਦੇ ਹੈਂਡਲ 'ਤੇ ਹੋਣਗੇ ਅਤੇ ਜਾ ਕੇ ਤੁਸੀਂ ਉੱਥੇ ਮੈਨੂੰ ਫੋਲੋ ਵੀ ਕਰ ਸਕਦੇ ਹੈਗੇ ਹੋ ਇੰਸਟਾਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਹੈ ਅਭੀ ਗੀਤ ਅਤੇ ਚਾਚੀ ਚਾਚੀ ਵੀ ਆ ਗਏ ਹੈਗੇ ਆ ਹੈਲੋ ਸਤਿ ਸ਼੍ਰੀ ਅਕਾਲ ਹੈਪੀ ਦੀਵਾਲੀ ਹੈਲੋ ਜੀ ਹੈਪੀ ਦੀਵਾਲੀ ਬਹੁਤ ਬਲੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਨ ਲੱਗਿਆ ਹੁਣ ਪੂਜਾ ਚੱਪਲ ਚੁੱਪਲ ਸਭ ਉਤਾਰਤੀ ਹੈ ਚਲੋ ਪੂਜਾ ਸਾਹਮਣੇ ਲਾਉਂਦੇ ਹਾਂ ਖੁਸ਼ੀ ਖੁਸ਼ੀ ਰਹੀਏ ਸਾਰੇ ਕੁੱਤੀ ਕੁੱਤੀ ਰਹੀਏ ਮੇਰ ਕਰੋ ਬੋਲੇ ਸੋਨਿਹਾ ਸਤਿ ਸ਼੍ਰੀ ਅਕਾਲ ਰਾਤੇ ਕੱਜ ਕੁਜੂ ਚਨਾਨ ਲਗੀ ਸੋਹਣ ਪੂਜਾ ਵਗੈਰਾ ਕਰਕੇ ਰੈਡੀ ਹੋ ਗਈ ਆ ਤੇ ਹੁਣ ਬਾਲਦੇ ਪਏ ਘਰ ਚ ਦੀਵੇ ਉੱਪਰ ਤੱਕ ਬਾਲ ਕੇ ਆਉਂਦੇ ਹਾਂ ਫਿਰ ਚੱਲਦੇ ਹਾਂ ਗੁਰਦੁਆਰੇ ਮੱਥਾ ਟੇਕਣ ਸੋ ਆ ਗਿਆ ਹੁਣ ਗੁਰਦੁਆਰੇ ਮੱਥਾ ਟੇਕਦੇ ਹੈਗੇ ਹਾਂ ਫਿਰ ਘਰ ਵੱਲ ਚੱਲਦੇ ਹਾਂ ਫਿਰ ਚਾਚੂ ਦੇ ਘਰ ਵੱਲ ਚੱਲਦੇ ਹਾਂ ਚਲੀਏ ਚਾਚੂ ਦੇ ਘਰ ਠੀਕ ਆ ਠੀਕ ਹੈ ਓਕੇ ਹੈਪੀ ਦੀਵਾਲੀ ਚਲੋ ਚਲੋ ਅਭੀ ਖੋਲੋ ਚਲੋ ਚਲੋ ਸੋ ਫਿਲਹਾਲ ਹੁਣ ਪਹੁੰਚ ਚੁੱਕੇ ਹੈਗੇ ਹਾਂ ਚਾਚੂ ਦੇ ਘਰ ਅਤੇ ਮੋਮਬੱਤੀਆਂ ਵਗੈਰਾ ਬਾਲ ਰਹੇ ਹੈਗੇ ਹਾਂ ਲਾਈਟਿੰਗ ਲੂਟਿੰਗ ਚਲਾਤੀ ਹੈਗੀ ਆ ਲਾਈਟਸ ਲਗਾਈਆਂ ਸੀਗੀਆਂ ਅਤੇ ਹੁਣ ਮੋਮਬੱਤੀਆਂ ਬਾਲਦੇ ਹੈਗੇ ਹਾਂ ਉਸ ਤੋਂ ਬਾਅਦ ਚਲਾਉਂਦੀਆਂ ਪਟਾਕਟਾ ਸੋ ਫਿਲਹਾਲ ਹੁਣ ਬਾਹਰ ਸਾਰੇ ਲਗਾਤੇ ਹੈਗੀਆਂ ਮੋਮਬੱਤੀਆਂ ਅਤੇ ਹੁਣ ਲਗਾ ਦਿੰਦੇ ਹੈਗੇ ਆ ਅੰਦਰ
मोमबत्तियां अंदर लगाने हैं फिर उस तो बाद कोठे जाके चलाने हैं पटाके। नीचे खोलना सी ना पूरा। पटाखे चला के आ गया, थोड़े बहुत पटाखे रख ले, ज्यादा चलाए नहीं क्योंकि अभी कहने लग गया गंद पाता है, डर लगता से तेनों, ये डरन करके असी ज्यादा चलाए नहीं। गीत तो खुश हो रही थी है ना, फिर ये चक्कर से गीत भी वापस आ गई। चलो चला के दिखाई साइकिल, तो समान समून लेके चलते हैं। दीप की मम्मा ने दिता सी दिवाली गिफ्ट, तो लैके चलते हैं उपर तो बैठ के खाने है। चला सारे जने इत बैठे है, गल बात कर रहे हैं पटाके देख रहे हैं चल रहे है। पटाखे चला के भी आ चुके हैं गया, तो उपर जो गए वैसे ही बैठने वास्ते, तो उसको भी आ चुके हैं गया, तो फोन कर दिया फल वगैरह उतार दिया गया है, तो पटका पाने आ गया, तो उस तो बस चलने गया ठीक है। तो अभी ही तो इतने लगे हुए हैं वैसे ही कम करन है।